अपना नाम दसो की है। मेरा नाम नीतू है। प्रतापगढ़ मोड़ दे रहन वाली है। मेरी गवाही मेरे बच्चे दी है, बहुत बड़ी गवाही है। मेरे बच्चे नु विष्णु सिंह ने आया जीवन दिता है। मेरी गवाही ए है कि मेरे बच्चे दे पेट च बहुत ज्यादा दर्द सीगी, ते ओ भी काफी टाइम तो नहीं सी, जकदम ही ओदे रात दे पेट च दर्द होई है। सवेरे नु डॉक्टर कोल फड़िया, डॉक्टर ने उन्हू हाथ नहीं पाया। ओ कहंदे कि पेट च दर्द बहुत ज्यादा है, तुसीं इहदी स्कैनिंग करवा के लियाओ। असीं स्कैनिंग करवा के लियांदी, असीं फिर उन्हू डॉक्टर कोल फड़िया, फिर किसी डॉक्टर ने उन्हू हाथ नहीं पाया। चार पांच हॉस्पिटल चेंज किए, किसी ने भी उन्हू हाथ नहीं पाया। अच्छा, मतलब चार पांच हॉस्पिटल बदल रहे? हाँ जी, लेकिन असल दे विच कोई हाथ नहीं सी पांदा। डॉक्टर कहंदे की सी जेड़े जना कोल स्कैनिंग लै के गए, ओ डॉक्टर ये कहंदे की सी कि पेंडिक्स नाली फट चुकी है। कोई कहंदा पेंडिक्स दी नाड़ी? हां जी, पेंडिक्स जेड़ी नाड़ी हुंदी है। हां जी। अच्छा, दी पेंडिक्स दी नाड़ी फट चुकी है। अच्छा, ओदे बाद ते कोई डॉक्टर कहंदे सी कि इदी मतलब जेड़े बन पैक चुकिया वा, ए तुसीं होर किसी डॉक्टर कोल दिखाओ। फिर ਕਹਿੰਦੇ ਕਿ ਇੱਧਰ ਤਾਂ ਡਾਕਟਰ ਨੇ ਪੰਜ ਡਾਕਟਰ ਰਿਜੈਕਟ ਕਰ ਦਿੱਤੇ, ਮਨਾ ਕਰਤਾ। ਇਹ ਮੇਰੀ ਟੀਮ ਦੇ ਵਿੱਚ ਉਹਦੀ ਇਹਨੇ ਫੋਨ ਕੀਤਾ ਜਿੱਦਾਂ ਦੱਸਿਆ, ਔਰ ਇਹ ਰੋ ਰਹੀ ਸੀ। ਮੈਂ ਕਿਹਾ ਤੂੰ ਕਿਉਂ ਰੋ ਰਿਹਾ? ਮੈਂ ਕਿਹਾ ਤੇਲ ਪਿਆ, ਮੈਂ ਆਪ ਪਿਛੇ ਲੱਗਦਾ ਪਿਆ। ਮੈਂ ਕਿਹਾ ਜਾ, ਕੀ ਗਿਆ ਮੈਂ ਤੈਨੂੰ? ਮੈਨੂੰ ਤੁਸੀਂ ਕਿਹਾ ਕਿ ਸਭ ਤੋਂ ਪਹਿਲਾਂ ਇਹਨਾਂ ਨੰਬਰ ਸਰ ਨਹੀਂ ਜਾਣਦੇ ਨਾ, ਸਭ ਤੋਂ ਪਹਿਲਾਂ ਜਾ ਕੇ ਮਹਾਭਿਸ਼ੇਕ ਨੂੰ ਰਿਲੀਜ਼ ਕਰਨਾ, ਅਤੇ ਓਇਲ ਬੱਚੇ ਦੇ ਲਾਉਣਾ ਵਾ ਅਤੇ ਧੁਨੀ 'ਤੇ ਲਾਉਣਾ, ਤਾਂ ਮੂੰਹ ਨੂੰ ਸੁਹਾਉਣਾ ਵਾ। ਮੈਂ ਗੋਪੀ ਰੋਹਿਤ ਤਿੰਨੇ ਜਾਣੇ ਟੀਮ ਗਈ ਉੱਥੇ, ਮਹਾਭਿਸ਼ੇਕ ਨੂੰ ਰਿਲੀਜ਼ ਕੀਤਾ। ਮੈਂ ਇਹਨਾਂ ਨੂੰ ਇੱਕੋ ਗੱਲ ਕਹਿ ਕੇ ਕਿ ਤੁਸੀਂ ਚਿੰਤਾ ਨਾ ਕਰੋ, ਬਸ ਜੀ ਬੈਠੇ ਆ ਪਿੱਛੇ ਪੇੜ ਲਈ, ਤੁਸੀਂ ਚਿੰਤਾ ਨਾ ਕਰੋ, ਬਸ ਹੁਣ ਤੁਹਾਡਾ ਬੱਚਾ ਬਲੈਸ ਆ। ਅਤੇ ਉੱਥੇ ਜਾ ਕੇ ਇਹਨਾਂ ਨੇ ਦੱਸਿਆ, ਜਦੋਂ ਆਪਾਂ ਨਹੀਂ, ਜਦੋਂ ਤੁਸੀਂ ਤਿੰਨਾਂ ਨੇ ਟੀਮ ਨੇ, ਤੂੰ ਗੋਪੀ ਰੋਹਿਤ, ਜਦੋਂ ਜਾ ਕੇ ਮਹਾਭਿਸ਼ੇਕ ਰਿਲੀਜ਼ ਕੀਤਾ, ਔਰ ਮਹਾਭਿਸ਼ੇਕ ਨੂੰ ਰਿਲੀਜ਼ ਕਰਨ ਦੇ ਬਾਅਦ ਤੇਲ ਲਗਾਇਆ? ਹਾਂਜੀ ਹੈ। ਹਾਂਜੀ, ਔਰ ਉਹਦੇ ਪਰ ਗਏ ਇਹਨਾਂ ਨੇ ਡਾਕਟਰ ਨੂੰ ਦੂਰ ਰਿਪੋਰਟ ਦਿਖਾਈ, ਡਾਕਟਰ ਕਹਿੰਦੇ ਤਾਂ ਨੋਰਮਲ ਗੱਲ ਵਾ, ਕੋਈ ਨਹੀਂ, ਉਹ ਗੈਸ ਵਾ ਗਾੜੀ ਆਈ ਦੀ ਆ, ਪੇਟ 'ਚ ਗੈਸ ਹੋਈ ਆ, ਕੋਈ ਪੈਂਡਿੰਗ ਨਾਲ ਨਹੀਂ, ਕੋਈ ਵੱਡੀ ਗੱਲ ਨਹੀਂ ਸਾਡੇ ਲਈ, ਇਹ ਨੋਰਮਲ ਹੀ ਕੇਸ ਵਾ ਕਹਿੰਦੇ। ਇਹਨਾਂ ਨੇ ਵਰਡ ਦਿੱਤੇ ਬਸ ਜੀ ਨੇ ਉਸੇ ਟਾਈਮ ਹੀ, ਤੁਸੀਂ ਫੋਟੋ ਪਾਈ ਇਹਨਾਂ ਨੂੰ, ਤੇ ਬਸ ਜੀ ਕਹਿੰਦੇ ਕਿ ਜਿਹੜੀਆਂ ਤੁਹਾਡੀਆਂ ਇੱਥੇ ਰਿਪੋਰਟਾਂ ਹੈ ਅੰਮ੍ਰਿਤਸਰ ਨਹੀਂ ਆਉਣਗੀਆਂ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਪੰਜ ਡਾਕਟਰ ਚੇਂਜ ਕਰ ਲਏ ਬੱਚਿਆਂ ਦੇ, ਕਿਸੇ ਨੇ ਹੱਥ ਨਹੀਂ ਪਾਇਆ, ਡਰਦੇ ਸੀ, ਕਹਿੰਦੇ ਪੈਂਡਿਕਸ ਦੀ ਨਾੜੀ ਫਟ ਗਈ ਹੈ। ਪੈਂਡਿਕਸ ਦੀ ਨਾੜੀ ਦਾ ਫਟਣਾ ਮਤਲਬ ਕਿ ਜ਼ਹਿਰ ਫੈਲ ਜਾਣਾ ਬੱਚੇ ਦੇ ਅੰਦਰ, ਕੁਛ ਵੀ ਹੋ ਸਕਦਾ। ਔਰ ਇਹਦੇ ਪੇਟ 'ਚ ਇੰਨੀ ਦਰਦ ਸੀ, ਉਹ ਰੋ ਰਹੀ ਸੀ, ਕਿਉਂਕਿ ਮਾਂ ਮੈਂ ਸਮਝ ਸਕਦਾ। ਮੈਨੂੰ ਫੋਨ ਕੀਤਾ ਟੀਮ ਨੇ ਐਦਾਂ, ਤਾਂ ਮੈਂ ਕਿਹਾ ਕੋਈ ਚਿੰਤਾ ਨਾ ਕਰੋ। ਮੈਂ ਕਿਹਾ ਡਾਕਟਰ ਕੀ ਕਹਿੰਦੇ ਨੇ? ਕਹਿੰਦੇ ਫਲਾਣੇ ਕਹਿੰਦੇ ਕਿ ਅੰਮ੍ਰਿਤਸਰ ਜਾਓ। ਮੈਂ ਕਿਹਾ ਰੁਕ ਜਾ, ਜਾਣਾ ਅੰਮ੍ਰਿਤਸਰ ਪਰ ਹਜੇ ਨਹੀਂ ਜਾਣਾ। ਮੈਂ ਕਿਹਾ ਜਾਓ, ਮੈਨੂੰ ਫੋਟੋ ਪਾਓ ਇੱਧਰ ਮੇਰੇ ਫੋਨ 'ਤੇ, ਔਰ ਜਾ ਕੇ ਮਹਾਭਿਸ਼ੇਕ ਨੂੰ ਰਿਲੀਜ਼ ਕਰੋ। ਜਿੱਦੇ ਕਿ ਮਹਾਭਿਸ਼ੇਕ ਨੂੰ ਰਿਲੀਜ਼ ਕੀਤਾ, ਤੇਲ ਲਾਇਆ, ਅੰਮ੍ਰਿਤਸਰ ਲੈ ਕੇ ਗਏ, ਡਾਕਟਰ ਨੇ ਚੈੱਕ ਕੀਤਾ, ਕਹਿੰਦੇ ਇਹਨੂੰ ਕੁਛ ਨਹੀਂ ਹੋਇਆ, ਕਹਿੰਦਾ ਇਹਦੇ ਸਿੰਪਲ ਗੈਸ ਬਣੀ ਆ, ਗੈਸ ਕਰਕੇ ਤੇ ਪ੍ਰੋਬਲਮ ਆ। ਹਾਲੇਲੂਇਆ ਹਾਲੇਲੂਇਆ। ਪਰ ਅਸਲ 'ਚ ਇੱਦਾਂ ਨਹੀਂ ਸੀ, ਅਸਲ 'ਚ ਇੱਦਾਂ ਨਹੀਂ ਸੀ, ਅਸਲ 'ਚ ਜੋ ਪੰਜ ਰਿਪੋਰਟਾਂ ਕਹਿ ਰਹੀਆਂ ਉਹ ਸਹੀ ਸੀਗੀਆਂ, ਕਿਉਂਕਿ ਉਹ ਵੀ ਬੱਚੇ ਦੇ ਡਾਕਟਰ। ਲੇਕਿਨ ਹੋਇਆ ਕਿ ਜੰਗ ਦੀ ਰਿਪੋਰਟ ਕਿੱਦਾਂ ਬਦਲ ਗਈ? ਮੈਂ ਕਿਹਾ ਕਿ ਜੋ ਇੱਥੇ ਦੀ ਰਿਪੋਰਟ ਹੈ ਉਹ ਉੱਥੇ ਨਹੀਂ ਆਈ, ਉੱਥੇ ਚੇਂਜ ਹੋ ਚੁੱਕੀ ਹੋਏਗੀ, ਯਿਸੂ ਮਸੀਹ ਦੇ ਨਾਮ 'ਚ। ਹਾਲੇਲੂਇਆ ਹਾਲੇਲੂਇਆ। ਕਿਉਂਕਿ ਮਹਾਭਿਸ਼ੇਕ ਰਿਲੀਜ਼ ਕਰ ਚੁੱਕੇ ਹੈ, ਤੁਸੀਂ ਜਾਓ ਉੱਥੇ ਜਾਂਦੇ ਹੀ। ਸਭ ਤੋਂ ਪਹਿਲਾਂ ਕੀ ਹੋਇਆ? ਰਿਪੋਰਟਾਂ ਚੇਂਜ ਹੋ ਗਈਆਂ, ਕੁਛ ਨਹੀਂ ਆਏ ਰਿਪੋਰਟਾਂ 'ਚ। ਡਾਕਟਰ ਕਹਿੰਦੇ ਨੋਰਮਲ ਹੈ, ਉਹ ਦਰਦ ਹੈ, ਗੈਸ ਕਰਕੇ ਆ, ਔਰ ਗੁਲਕੋਸ਼ ਲਾਇਆ, ਇੱਕ ਦਿਨ ਰੱਖਿਆ, ਪੰਜ ਦਿਨ ਰੱਖਿਆ ਗੁਲਕੋਸ਼ ਲਾਇਆ, ਇਹਦੇ ਜਿਹੜਾ ਪੇਟ ਦੀ ਗੈਸ ਸੀ ਉਹ ਖਤਮ ਕੀਤੀ, ਔਰ ਆ ਬੱਚਾ ਪੈਂਡਿਕਸ ਨਾਲ ਕਿ ਚੀਰਦੇ ਆ ਉਹਨੂੰ। ਪੈਂਡਿਕਸ ਜੇਕਰ ਹੋ ਜਾਵੇ, ਫਟ ਜਾਏ ਨਾੜੀ, ਆਪਰੇਸ਼ਨ ਹੁੰਦਾ ਵੱਡਾ, ਔਰ ਕੱਟ ਕੇ ਉਹ ਜਿਹੜੀ ਅੰਦਰ ਨਾੜੀ ਹੁੰਦੀ ਹੈ ਪੈਂਡਿਕਸ, ਉਹਨੂੰ ਸੈੱਟ ਕਰਕੇ ਸੀ ਲਿਆ ਦੁਬਾਰਾ। ਕੋਈ ਚੀਰਾ ਤੇ ਨਹੀਂ ਲਾਇਆ, ਕੋਈ ਟੱਕ ਤੇ ਨਹੀਂ ਲਾਇਆ, ਕੁਛ ਨਹੀਂ ਹੋਇਆ ਨਾ। ਯਹੋਵਾ ਦੇ ਦੂਤਾਂ ਨੇ ਆਪਰੇਸ਼ਨ ਕਰ ਦਿੱਤਾ। ਹਾਲੇਲੂਇਆ ਹਾਲੇਲੂਇਆ। ਮੈਂ ਇਹਨੂੰ ਸਗੋਂ ਪਿੱਛੇ ਮੇਰੀ ਡਾਲਟਿਆ ਨੂੰ, ਮੈਂ ਕਿਹਾ ਜਦੋਂ ਪ੍ਰਭੂ ਤੋਂ ਲੁਕੋ ਤੁਹਾਡੀ ਫੈਮਿਲੀ 'ਚ ਕੰਮ ਕਰੇ ਨਾ, ਛੱਡ ਦਿਓ ਸਾਰੇ ਕੰਮ, ਕਿਉਂਕਿ ਅਸਲ ਵਿੱਚ ਤੇਰੇ ਲਈ ਤਾਂ ਇਹੀ ਖਜ਼ਾਨਾ ਧਰਤੀ ਦਾ, ਮਾਂ ਬਾਪ ਲਈ ਉਹਦੇ ਔਲਾਦ ਹੈ। ਸਹੀ ਕਿ ਨਹੀਂ? ਮਾਂ ਜਦੋਂ ਨਿਆਣੇ ਨੂੰ ਮਾਂ ਪਤਾ, ਮੈਂ ਸਮਝਦਾ ਕਿ ਮਾਂ ਦੇ ਕੀ ਹਾਲਾਤ ਹੁੰਦੇ ਆ ਉਸ ਟਾਈਮ।
मैं संडे प्रभु नू देना वा बाकी दिन जो मर्जी करो। देखो परमेश्वर पांच डॉक्टर कहते नहीं हाथ पाना लै जो एक नहीं हो दूजा नहीं हो तीजा नहीं हो चौथा पंजा कहता लै जाओ अमृतसर ये कहते ऑपरेशन। मैं क्या महाभिषेक रिलीज करो महाभिषेक रिलीज किया जाते जाते सारी रिपोर्टा चेंज जाते जाते हाले लोहिया थोड़िया रिपोर्टा चेंज हो गई यीशु मसीह के नाम के आमेन। तारीफ करो सब इस गवाही जोर दी।